ਨਵੇਂ ਸਾਲ ਦੇ ਪਹਿਲੇ ਦਿਨ ਹੀ ਵੱਡਾ ਕਾਂਡ ਹੋ ਗਿਆ ਏ। ਚੌਂਕ 'ਚ ਖੜਾ ਕੇ ਦੁਕਾਨਦਾਰ ਦੇ ਗੋਲੀਆਂ ਮਾਰੀਆਂ ਗਈਆਂ ਨੇ। ਤੜ ਤੜ ਕਰਕੇ ਸ਼ਹਿਰ ਦੇ ਵਿੱਚ ਗੋਲੀਆਂ ਚੱਲਦੀਆਂ ਨੇ, ਜਿਸ ਕਰਕੇ ਪੂਰਾ ਇਲਾਕਾ ਦਹਿਸ਼ਤ ਦੇ ਵਿੱਚ ਹੈ, ਕਿਉਂਕਿ ਦੁਕਾਨਦਾਰ ਦੀ ਮੌਤ ਦੁਕਾਨ ਦੇ ਸਾਹਮਣੇ ਹੀ ਹੋਈ। ਦੁਕਾਨ ਦੇ ਸਾਹਮਣੇ ਚੌਂਕ 'ਚ ਖੜਾ ਕੇ ਦੁਕਾਨਦਾਰ ਨੂੰ ਗੋਲੀਆਂ ਮਾਰੀਆਂ ਗਈਆਂ ਨੇ। ਤਾਂ ਦੱਸ ਦਈਏ ਕਿ ਡੇਰਾ ਬਾਬਾ ਨਾਨਕ 'ਚ ਨਵੇਂ ਸਾਲ ਦੇ ਪਹਿਲੇ ਦਿਨ ਵੱਡਾ ਕਾਂਡ ਹੋਇਆ। ਇਸ ਸ਼ਖਸ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਏ। ਚੌਂਕ 'ਚ ਖੜਾ ਕੇ ਗੋਲੀਆਂ ਮਾਰੀਆਂ ਗਈਆਂ ਨੇ। ਕਲਾਂ ਵਾਲੀ ਚੌਂਕ ਦੇ ਵਿੱਚ ਇਹ ਵਾਰਦਾਤ ਹੋਈ ਹੈ। ਡੇਰਾ ਬਾਬਾ ਨਾਨਕ ਦਾ ਕਲਾਂ ਵਾਲੀ ਚੌਂਕ ਕਾਫੀ ਮਸ਼ਹੂਰ ਚੌਂਕ ਹੈ ਜਿੱਥੇ ਇਹ ਵਾਰਦਾਤ ਹੋਈ। ਇਸ ਸ਼ਖਸ ਦੀ ਉਸੇ ਚੌਂਕ ਦੇ ਨੇੜੇ ਦੁਕਾਨ ਸੀ, ਤਾਂ ਇਸ ਨੂੰ ਦੁਕਾਨ ਦੇ ਵਿੱਚੋਂ ਬਾਹਰ ਕੱਢ ਕੇ ਚੌਂਕ 'ਚ ਖੜਾ ਕੇ ਗੋਲੀਆਂ ਮਾਰੀਆਂ ਗਈਆਂ। ਤਾਂ ਹਰਦੀਪ ਸਿੰਘ ਵਜੋਂ ਮ੍ਰਿਤਕ ਦੀ ਪਹਿਚਾਣ ਹੋਈ ਹੈ। ਅਲਮੂਨੀਅਮ ਦੀ ਦੁਕਾਨ ਚਲਾਉਂਦਾ ਸੀ ਮ੍ਰਿਤਕ ਹਰਦੀਪ ਸਿੰਘ। ਹਸਪਤਾਲ ਲੈ ਕੇ ਜਾਣ ਵੇਲੇ ਉਸ ਦੀ ਮੌਤ ਹੋ ਗਈ। ਤਾਂ ਤੜ ਤੜ ਕਰਕੇ ਗੋਲੀਆਂ ਚੱਲੀਆਂ ਨੇ ਡੇਰਾ ਬਾਬਾ ਨਾਨਕ ਦੇ ਵਿੱਚ, ਜਿੱਥੇ ਇੱਕ ਸ਼ਖਸ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਹੈ। ਨਵੇਂ ਸਾਲ ਦੇ ਪਹਿਲੇ ਦਿਨ ਹੀ ਵੱਡਾ ਕਾਂਡ ਹੋਇਆ ਹੈ। ਹਰਦੀਪ ਸਿੰਘ ਜੋ ਕਿ ਕਲਾਂ ਵਾਲੀ ਚੌਂਕ ਦੇ ਵਿੱਚ ਅਲਮੂਨੀਅਮ ਦੀ ਦੁਕਾਨ ਚਲਾਉਂਦਾ ਸੀ, ਕੁਝ ਅਗਿਆਤ ਬਦਮਾਸ਼ ਆਉਂਦੇ ਨੇ ਜਿਨ੍ਹਾਂ ਦਾ ਨਾਮ ਹੁਣ ਤੱਕ ਸਾਹਮਣੇ ਨਹੀਂ ਆਇਆ, ਨਾ ਹੀ ਕੋਈ CCTV ਸਾਹਮਣੇ ਆਈ ਹੈ, ਪਰ ਇਸ ਨੌਜਵਾਨ ਦਾ ਕਤਲ ਹੋ ਗਿਆ ਹੈ। ਇਹ ਖਬਰ ਸੁਣ ਕੇ ਪਰਿਵਾਰ ਗਹਿਰੇ ਸਦਮੇ ਦੇ ਵਿੱਚ ਹੈ। ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਤੁਸੀਂ ਤਸਵੀਰ ਦੇਖ ਸਕਦੇ ਹੋ ਨੌਜਵਾਨ ਦੀ, ਕਿੰਨਾ ਗੱਭਰੂ ਨੌਜਵਾਨ ਸੀ। ਇਸ ਨੂੰ ਗੋਲੀਆਂ ਮਾਰੀਆਂ ਗਈਆਂ। ਹੁਣ ਗੋਲੀਆਂ ਮਾਰਨ ਦਾ ਕਾਰਨ ਕੀ ਸੀ? ਕੋਈ ਪੁਰਾਣੀ ਰੰਜਿਸ਼ ਸੀ, ਕੋਈ ਆਪਸੀ ਕਿੜ ਕੱਢਣ ਦੇ ਲਈ ਇਹ ਗੋਲੀਆਂ ਮਾਰੀਆਂ ਗਈਆਂ, ਜਾਂ ਫਿਰ ਲੁੱਟ ਹੋਈ ਹੈ? ਇਹ ਹੁਣ ਤੱਕ ਸਪਸ਼ਟ ਨਹੀਂ ਕੀਤਾ ਗਿਆ, ਪਰ ਵੱਡੀ ਵਾਰਦਾਤ ਹੋਈ ਹੈ ਡੇਰਾ ਬਾਬਾ ਨਾਨਕ ਵਿਖੇ, ਜਿੱਥੇ ਚੌਂਕ 'ਚ ਖੜਾ ਕੇ ਇੱਕ ਸ਼ਖਸ ਨੂੰ ਗੋਲੀਆਂ ਮਾਰੀਆਂ ਗਈਆਂ ਨੇ। ਕਲਾਂ ਵਾਲੀ ਚੌਂਕ ਦੇ ਵਿੱਚ ਇਸ ਨੌਜਵਾਨ ਹਰਦੀਪ ਸਿੰਘ ਦੀ ਦੁਕਾਨ ਸੀ, ਐਲਮੂਨੀਅਮ ਦੁਕਾਨ ਚਲਾਉਂਦਾ ਸੀ, ਕਾਫੀ ਵਧੀਆ ਦੁਕਾਨ ਚੱਲਦੀ ਸੀ। ਤਾਂ ਇਸ ਨੂੰ ਗੋਲੀਆਂ ਮਾਰੀਆਂ ਗਈਆਂ ਨੇ। ਕੁਛ ਅਣਪਛਾਤੇ ਨੌਜਵਾਨ ਬਦਮਾਸ਼ ਆਉਂਦੇ ਨੇ, ਉਹਨਾਂ ਦੇ ਵੱਲੋਂ ਤੜ ਤੜ ਕਰਕੇ ਗੋਲੀਆਂ ਚਲਾਈਆਂ ਗਈਆਂ, ਜਿਸ ਤੋਂ ਬਾਅਦ ਹਸਪਤਾਲ ਲੈ ਕੇ ਜਾਣ ਵੇਲੇ ਹਰਦੀਪ ਸਿੰਘ ਦੀ ਰਾਹ ਦੇ ਵਿੱਚ ਹੀ ਮੌਤ ਹੋ ਗਈ ਹੈ। ਤਾਂ ਮੰਦਭਾਗੀ ਖਬਰ ਹੈ, ਡੇਰਾ ਬਾਬਾ ਨਾਨਕ ਤੋਂ ਸਾਹਮਣੇ ਆ ਰਹੀ ਹੈ।